ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਜਮਾ ਕਰਤਾਰਪੁਰ ਕੋਰੀਡੋਰ ਤੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਇਆ ਹਾਂ ਉਹਨਾਂ ਨੇ ਕਿਹਾ ਕਿ ਕੋਰੋਨਾ ਦੇ ਕਰਕੇ ਕਰਤਾਰਪੁਰ ਕੋਰੀਡੋਰ ਬੰਦ ਕੀਤਾ ਗਿਆ ਸੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਇਸ਼ਾਰਿਆਂ-ਇਸ਼ਾਰਿਆਂ ਦੇ ਵਿੱਚ ਕਿਹਾ ਕਿ ਇੱਥੇ ਆ ਕੇ ਇੱਕ ਊਰਜਾ ਮਿਲਦੀ ਹੈ ਉਹੀ ਊਰਜਾ ਉਹਨਾਂ ਦੇ ਉੱਤੇ ਵੀ ਹੋਵੇਗੀ ਇਸ ਸਥਾਨ ਤੇ 70000 ਲੋਕਾਂ ਨੇ ਦਰਸ਼ਨ ਦੀਦਾਰ ਕੀਤੇ ਅਤੇ 75% ਜੋ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਹਨ ਉਹਨਾਂ ਕੋਲ ਪਾਸਪੋਰਟ ਨਹੀਂ ਹੈ ਇੱਥੇ ਰੋਜ਼ ਕਰੀਬ 5000 ਲੋਕ ਮੱਥਾ ਟੇਕਣ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਲੈਂਡਪੋਰਟ ਅਥਾਰਟੀ ਨੇ ਉਸ ਨੂੰ ਵੀ ਲੈ ਕੇ ਮੈਂ ਨਿਮਾਣਾ ਸਿੱਖ ਹੁੰਦੇ ਹੋਏ ਕੇਂਦਰ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਬਣਾਇਆ ਜਾਵੇ ਉਹਨਾਂ ਨੇ ਕਿਹਾ ਕਿ ਮੈਂ ਫਿਰ ਇੱਕ ਵਾਰ ਫਿਰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਕਰਤਾਰਪੁਰ ਕरिडोर ਖੋਲਣ ਲਈ ਚਿੱਠੀ ਲਿਖ ਰਿਹਾ ਉਹਨਾਂ ਨੇ ਕਿਸਾਨਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਅੱਜ ਵੀ ਉਹਨਾਂ ਦੀ ਫਸਲ ਦੇ ਵਿੱਚ ਦੁੱਧ ਚਾਹੁੰਦਾ ਹੈ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਸਰਕਾਰਾਂ ਦੇ ਬੈਠੇ ਕਿਸਾਨਾਂ ਦਾ ਮਸਲਾ ਹੱਲ ਕਰਕੇ ਉਹਨਾਂ ਨੂੰ ਖੁਸ਼ੀ-ਖੁਸ਼ੀ ਘਰ ਭੇਜਿਆ ਜਾਵੇ ਪੂਰਜਾ ਨਾਲ ਇੱਕ ਰਹਿਣ ਦਾ ਜੀ ਕਰਦਾ ਐ ਇਸੇ ਤਰ੍ਹਾਂ ਕਰੋੜਾਂ ਸ਼ਰਦਾਲੂਆਂ ਦੀ ਤਾਂਗ ਹੈ ਪਿਆਸ ਹੈ ਬਾਬੇ ਦੇ ਜਿਹੜੀ ਕਿਰਤ ਕੀਤੀ ਹੋਈ ਜਗਾ ਉੱਥੇ ਸਾਫਾ ਲਾ ਕੇ ਸੇਧ ਲੈਣ ਦਾ ਸਾਡਾ ਚਾਨਣ ਮਨਾਰਾ ਸਾਡਾ ਮਾਪਾ ਇਹੀ ਹੈ ਲੋਕਾਂ ਦੇ ਮਾਪਿਆਂ ਦੇ ਮੈਂ ਤੇ ਮੇਰੇ ਮਾਂ ਬਾਪ ਦੇ ਜਾਣ ਤੋਂ ਬਾਅਦ ਇਹਨਾਂ ਨੂੰ ਵੀ ਆਪਣੇ ਮਾਪੇ ਮੰਨੇ ਸਾਡਾ ਮਾਈ ਬਾਪ ਇਹੀ ਹੈ ਅੱਜ ਦੀ ਸਭ ਤੋਂ ਵੱਡੀ ਮੰਗੀ ਇਹ ਹੈ ਕਿ ਜਦੋਂ ਪਹਿਲਾ ਲੰਗਾ ਚੱਲਿਆ ਸੀ ਕੋਵਿਡ ਤੋਂ ਪਹਿਲਾਂ ਇੱਕ ਦਿੱਕਤ ਪਰੇਸ਼ਾਨੀ ਨਹੀਂ ਹੋਈ। ਲਗਭਗ 70 ਹਜ਼ਾਰ ਬੰਦਿਆਂ ਨੇ ਇੱਥੇ ਦਰਸ਼ਨ ਦੇਦਾਰੇ ਕੀਤੇ। ਅਮਨਮਾਨ ਦਾ ਪ੍ਰਤੀਕ, ਆਪਸੀ ਭਾਈਚਾਰੇ ਦਾ ਪ੍ਰਤੀਕ, ਪੀਪਲ ਟੂ ਪੀਪਲ ਕੰਟੈਕਟ ਦਾ ਪ੍ਰਤੀਕ। ਅ ਕੋਰੀਡੋਰ ਆਫ ਇਨਫਿਨਿਟ ਪੋਸਿਬਿਲਿਟੀਜ਼ ਅਸੰਖਿਆ ਸੰਭਾਵਨਾਵਾਂ ਦਾ ਇਹ ਕੋਰੀਡੋਰ ਹੈ। ਔਰ ਇਨੀਆਂ ਸੰਭਾਵਨਾਵਾਂ ਨੇ ਜਿਹੜੀਆਂ ਅਨੰਤ ਕਹਿੰਦੇ ਆ ਨਾ ਉਸ ਤਰੀਕੇ ਦੀ ਦੂਜੀ ਗੱਲ 75% ਲੋਕ ਜਿਹੜੇ ਇੱਥੇ ਆਉਂਦੇ ਆ ਉਹਨਾਂ ਕੋਲ ਪਾਸਪੋਰਟ ਹੈ ਨਹੀਂ ਜੀ ਜੀ ਅੱਜ ਵੀ ਬਾਬਾ ਜੀ ਦੇ ਗੁਰਦੁਆਰੇ ਦਰਸ਼ਨ ਕਰਕੇ ਇੱਥੇ ਕਰੀਬ ਕਰੀ 5000 ਬੰਦਾ ਦਰਸ਼ਨ ਕਰਨਾ ਮੈਂ ਚਾਹ TV ਲਿਖਾਂਗਾ ਮੇਰੀ ਹਿੰਦੁਸਤਾਨ ਦੇ ਹੋਮ ਮਿਨਿਸਟਰ ਸਾਹਿਬ ਨੂੰ ਇਹ ਦਰਖਾਸਤ ਬਬੀ ਨਾਨਕ ਦਾ ਇੱਕ ਨਮਾਣਾ ਸਿੱਖ ਉਹਦਾ ਨੌਕਰ ਇੱਕ ਵਿਨਮਰ ਬੇਨਤੀ ਕਰ ਰਿਹਾ ਹੈ ਕਿ ਲੈਂਡ ਪੋਰਟ ਅਥਾਰਟੀ ਅਜ ਤੋਂ ਡੇਢ ਸਾਲ ਪਹਿਲਾਂ ਵਚਨਬੱਧ ਹੋ ਕੇ ਕਹਿ ਕੇ ਗਈ ਸੀ ਕਿ ਉਹ 100 ਮੀਟਰ ਚੌੜਾ ਤੇ 60 ਮੀਟਰ ਉੱਚਾ ਇੱਥੇ ਦਰਸ਼ਨ ਸਥਲ ਬਣਾਉਣਗੇ ਉਹ ਜਿਹੜਾ ਦਰਸ਼ਨ ਸਥਲ ਉਹ ਨਾਲ ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨੇ ਲੋਕ ਤ੍ਰਿਪਤ ਹੋ ਕੇ ਜਾਂਦੇ ਆ ਮੈਂ ਜਾਣਦਾ ਕਿ ਮੇਰੇ ਤਾਇਆ ਜੀ ਇਸ ਮਿੱਟੀ ਨੂੰ ਆਪਣੀਆਂ ਅੱਖਾਂ ਦੇ ਉੱਤੇ ਲਾ ਕੇ ਰੋਂਦੇ ਹੁੰਦੇ ਸੀ ਉਹਦੇ ਕਰੋੜਾਂ ਲੋਕ ਨੇ ਮੇਰੀ ਇਹ ਬੇਨਤੀ ਹੈ ਇਹ ਰਿਕੁਐਸਟ ਹੈ ਹੋ ਮੰ ministr ਨੂੰ ਔਰ ਭਾਰਤ ਸਰਕਾਰ ਨੂੰ ਕਿ ਤੁਹਾਡੇ ਸਿਕਿਉਰਿਟੀ ਰੀਜ਼ਨ ਹੋ ਸਕਦੇ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਮੈਂ ਤਾਂ ਬਾਬੇ ਦੀ ਮਿਹਰ ਦੇ ਵਿੱਚ ਵਿਸ਼ਵਾਸ ਰੱਖਦਾ ਜਦੋਂ ਬਾਬੇ ਦੀ ਮਿਹਰ ਹੋਈ ਸੀ ਲੱਖ ਵਿਰੋਧਾਂ ਦੇ باوجود ਵੀ ਇਹ ਲਾਂਗਾ ਖੁੱਲਿਆ ਸੀ ਔਰ ਇਹ ਲਾਂਗਾ ਖੁੱਲਣਾ ਹੀ ਖੁੱਲਣਾ ਕਿਉਂਕਿ ਸਿੱਖਾਂ ਦੀ ਤਾੰਗ ਹੈ ਸਿੱਖ ਇਥੋਂ ਊਰਜਾ ਲੈਂਦੇ ਆ Hindu, Musalman, Isai ਹਰ ਧਰਮ ਇਸ ਗੁਰੂਦਵਾਰੇ ਤੋਂ ਸੇਧ ਲੈਂਦਾ ਹੈ ਜਗਤਗੁਰੂ ਹੈ ਬਾਬਾ ਜੀ ਮੇਰੀ ਇਹ ਬੇਨਤੀ ਹੈ ਕਿ ਦਰਸ਼ਨ ਦੇਦਾਰੇ ਵਾਸਤੇ ਐਟਲੀਸਟ ਜੋ ਉਹ ਵਚਨ ਸੀ ਉਹ ਪੂਰਾ ਹੋ ਦੇਰੀ ਕਿਉਂ ਸਮਝਦੇ ਹੋ ਕਿਉਂ ਹੋ ਰਹੀ ਹੈ ਦੇਰੀ ਦੇਖੋ ਇਹਦਾ ਜਵਾਬ ਉਹ ਦੇ ਸਕਦੇ ਆ ਲੇਕਿਨ ਮੈਂ ਇੱਕ ਚਿੱਠੀ ਵੀ ਲਿਖੂੰਗਾ ਰਿਮਾਈਂਡਰ ਵੀ ਦੂੰਗਾ ਅੱਛਾ ਇਹ ਵੀ ਹੈ ਵੀ ਉਹਦੇ ਚ ਕੋਈ ਪੈਸੇ ਜ਼ਿਆਦਾ ਖਰਚ ਨਹੀਂ ਹੋਣੇ ਇੱਕ ਥੋੜੀ ਜੀ ਇੱਛਾ ਸ਼ਕਤੀ ਦੀ ਗੱਲ ਹੈ ਪੋਲਿਟਿਕਲ ਵਿਲ ਦੀ ਗੱਲ ਹੈ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਕੋਈ ਕੰਟਰੈਕਟ ਦੀ ਗੱਲ ਹੈ ਜਾਂ ਫਲਾਣੇ ਦੀ ਗੱਲ ਹੈ ਤੇ ਉਹ ਪੰਜਾਬ ਸਰਕਾਰ ਨੂੰ ਕਹਿਣ ਤੇ ਮੈਂ ਇਹ ਤੁਹਾਨੂੰ ਗਾਰੰਟੀ ਦਿੰਨਾ ਕਿ ਪੰਜਾਬ ਸਰਕਾਰ ਪਹਿਲ ਦੇ ਆਧਾਰ ਦੇ ਉੱਤੇ ਉਹ ਕੰਮ ਕਰਕੇ ਦੇਊਗੀ ਕਿਉਂਕਿ ਘੱਟ ਤੋਂ ਘੱਟ ਨਹੀਂ 4-5 ਦੂਰਬੀਨਾਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ ਜਦੋਂ ਇਹੋ ਜਿਹਾ ਸਮਾਂ ਆਉਂਦਾ ਹੁਣ ਦੇਖੋ ਤੁਸੀਂ ਪੂਰਾ ਖੁੱਲਾ ਦਰਸ਼ਣ ਦੇਦਾਰ ਹੁੰਦਾ ਹੈ ਦੇਖੋ ਅਸੀਂ ਤੇ ਇਹੀ ਚਾਹਾਂਗੇ ਕਿ ਇਹ ਲਾਂਗਾ ਖੁੱਲਾ ਰਹੇ ਪਰ ਜੇ ਇਨ ਕੇਸ ਇਹ ਬੰਦ ਵੀ ਹੁੰਦਾ ਕਿਸੇ ਕਾਰਨ ਪਰਸ਼ ਤੇ ਫਿਰ ਉਹ ਉਹ ਜਿਹੜੀ ਲੈਂਡਪੋਰਟ ਅਥਾਰਟੀ ਵਾਲੀ ਜਿਹੜੀ ਥਾਂ ਹੈ 100 ਮੀਟਰ ਚੌੜੀ 60 ਮੀਟਰ ਉੱਚੀ ਉੱਥੇ ਆ ਕੇ ਹਰੇਕ ਬੰਦੇ ਨੂੰ ਇੰਨਾ اختیار ਹੋਵੇ ਕਿ ਉਹ ਬਾਬਾ ਜੀ ਦੇ ਦਰ ਦੇ ਖੁੱਲੇ ਦਰਸ਼ਨ ਦੇਦਾਰੇ ਕਰਕੇ ਜਾਵੇ ਵੇਖੋ ਇਸ ਧਰਮ ਸਥਲੀ ਦੇ ਉੱਤੇ ਤੁਸੀਂ ਦੇਖੋ ਊਰਜਾ ਹੀ ਅਲੱਗ ਹੈ ਮੈਂ ਕਦੇ ਸਿਆਸਤ ਨਹੀਂ ਔਰ ਮੈਂ ਮੈਂ ਮਤਲਬ ਮੈਂ ਕਦੇ ਇਹਨਾਂ ਗੱਲਾਂ ਦੇ ਵਿੱਚ ਨਹੀਂ ਪਿਆ ਮੈਂ ਤੇ ਇਹਨਾਂ ਕਹਿਣਾ ਵੀ 21 ਪੁਸ਼ਤਾ ਸਾਡੀਆਂ ਦਿਨਾ ਨਹੀਂ ਦੇ ਸਕਦੀਆਂ ਉਸ ਬਾਬਾ ਜੀ ਦੀ ਮਿਹਰ ਦੇ ਵੀ ਉਹਨੇ ਡਾਕੀਆ ਬਣਾਤਾ ਸਰ ਜੇ ਗੱਲ ਕੀਤੀ ਜਾਵੇ ਇੱਕ ਇੱਕ ਗੱਲ ਮੈਂ ਜੋ ਕੁਝ ਵੀ ਕਹਿ ਰਿਹਾ ਹਾਂ ਅੰਤਰਾਤਮਾ ਤੋਂ ਕਹਿ ਰਿਹਾ ਹਾਂ ਅਰਦਾਸ ਕਰਕੇ ਕਿਵੇਂ ਔਰ ਇਹ ਅਰਦਾਸ ਇਸੇ ਕਰਕੇ ਕੀਤੀ ਹੈ ਦੋ ਹੀ ਸਵੇਰੇ ਜਿਹੜੀ ਮੈਂ ਅਰਦਾਸ ਵੀ ਕੀਤੀ ਹੈ ਉਹ ਕੋਈ ਮਤਲਬ ਗੱਲ ਹੀ ਇਹ ਹੈ ਕਿ ਤੇਰੀ ਮਿਹਰ ਨਾਲ ਖੁੱਲਿਆ ਸੀ ਮਿਹਰ ਕਰ ਬਾਬਾ ਇਹ ਲਾਂਗਾ ਖੋਲ ਤੇੰਦਰ ਨੇ ਬੰਦ ਕੀਤਾ ਮੈਂ ਮੈਂ ਕਿਹਾ ਫਿਰ ਦੇਖੋ ਉਸ ਉਸ ਸੁਪਰੀਮ ਪ੍ਰਵੇਡਿੰਗ ਤਾਕਤ ਦੇ ਅੱਗੇ ਕਿਹੜਾ ਕੇਂਦਰ ਸਾਡਾ ਤਾਂ ਸਾਰਾ ਕੇਂਦਰ ਬਿੰਦੂ ਹੀ ਉਹ ਹੈ ਤੇ ਪਹਿਲਾਂ ਕਿਸੇ ਨੇ ਰੋਕ ਲਿਆ ਤੇ ਸਾਰਿਆਂ ਨੇ ਆ ਕੇ ਉਸੇ ਨੂੰ ਨਮਨ ਕਰਕੇ ਖੋਲਿਆ ਨਾ ਅਰਦਾਸਾਂ ਕਬੂਲ ਹੋਈਆਂ ਨਾ ਤੇ ਅੱਜ ਵੀ ਉਹਦੀ ਮਿਹਰ ਮੰਗਦਾ ਮੈਂ ਮੈਂ ਤੇ ਅੱਜ ਵੀ ਅਰਦਾਸ ਕੀਤੀ ਹੈ ਕਿ ਭਾਈ ਪੰਜਾਬ ਦੇ ਕਲਿਆਣ ਚ ਸਾਡਾ ਕਲਿਆਣ ਨਿਹਿਤ ਕਰ ਪੰਜਾਬ ਦਾ ਕਲਿਆਣ ਤੇਰੇ ਦਰ ਦੇ ਉੱਤੇ ਸਾਫਾ ਲਾਇਬਣੇ ਨਹੀਂ ਹੁੰਦੇ ਚਾਹੇ ਇੱਥੇ ਲਾਓ ਚਾਹੇ ਦਰਬਾਰ ਸਾਹਿਬ ਲਾਓ ਚਾਹੇ ਸਾਹਮਣੇ ਗੁਰਦੁਆਰੇ ਲਾਓ ਇੱਥੋਂ ਦਾ ਅਸੀਂ ਤਾਕਤ ਪਾਉਨੇ ਆ ਇੱਥੋਂ ਤੇ ਅਸੀਂ ਊਰਜਾ ਪਾਉਨੇ ਆ ਤੋਂ ਇਸ ਕਰਕੇ ਦੂਜੀ ਅਰਦਾਸ ਇਹ ਕੀਤੀ ਸੀ ਕਿ ਭਾਈ ਬਾਬਾ ਜੀ ਕਿਰਤ ਸਭਿਆਚਾਰ ਤੁਸੀਂ ਦਿੱਤਾ ਪੰਜਾਬ ਨੂੰ ਤੇ ਜਿਹੜੀ ਕਿਰਤ ਤੁਸੀਂ ਆਪ ਕਰਦੇ ਸੀ ਉਹ ਲੜ ਲਾ ਕੇ ਗਏ ਸੀ ਇੱਥੇ 60% ਪੰਜਾਬੀ ਜਿਹੜੀ ਉਸ ਕਿੱਤੇ ਦੇ ਮਾਲਕ ਨੇ ਅੱਜ ਸੜਕਾਂ ਤੇ ਨਹੀਂ ਉਹਨਾਂ ਨੂੰ ਘਰ ਪਰਤਾ ਉਹਨਾਂ ਦੀ ਖਾਤਰ ਇੱਕ ਚੰਗਾ ਰੋਡ ਮੈਂ ਮੈਂ ਤਾਂ ਹਮੇਸ਼ਾ ਹੀ ਗੱਲ ਕਰਦਾ ਰਿਹਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਐਕਸਪਲੋਇਟ ਕੀਤਾ ਜਾ ਰਿਹਾ ਉਹ ਅੰਨਦਾਤਾ ਨਹੀਂ ਉਹੀ ਤੇਰੇ ਭਾਈ ਲਾਲੋ ਨੇ ਉਹਨਾਂ ਦੀ ਰੋਟੀ ਚੋਂ ਹੀ ਦੁੱਧ ਅੱਜ ਨਿਕਲਦਾ ਹੈ ਤੇ ਉਹ ਹੱਕ ਹਲਾਲ ਦੀ ਕਮਾਈ ਨੂੰ ਭਾਗ ਲਾ ਕੋਈ ਬੈਰ ਨਹੀਂ ਹੈ ਮਲਿਕ ਭਾਗਵਾਂ ਨਾਲ ਵੀ ਅਸੀਂ ਪਾਪੀ ਨਹੀਂ ਮਾਰਨੇ ਪਾਪ ਮਾਰਨਾ ਸਮਝਿਆ ਉਹਨਾਂ ਨੂੰ ਪਾਗਲਾ ਉਹਨਾਂ ਦੀ ਇੱਜ਼ਤ ਦੀ ਰੋਟੀ ਉਹਨਾਂ ਦਾ ਜਿਹੜਾ ਇਹ ਸੋਸ਼ਲ ਮੂਵਮੈਂਟ ਹੈ ਇਹ ਸੋਸ਼ਲ ਮੂਵਮੈਂਟ ਨੂੰ ਇੱਕ ਆਰਥਿਕ ਮੂਵਮੈਂਟ ਦੇ ਵਿੱਚ ਤਬਦੀਲ ਕਰ ਰਾਜਨੀਤਿਕ ਉਹ ਨਹੀਂ ਬਣਾਉਣਾ ਚਾਹੁੰਦੇ ਠੀਕ ਕਹਿੰਦੇ ਲੇਕਿਨ ਉਹ ਆਰਥਿਕ ਮੂਵਮੈਂਟ ਤੇ ਬਣ ਸਕਦੀ ਹੈ ਇੱਜ਼ਤ ਦੀ ਰੋਟੀ ਉਹਨਾਂ ਨੂੰ ਤਾਂ ਮਿਲ ਸਕਦੀ ਹੈ ਨਾ ਉਹਦੇ ਲਈ ਮੈਂ ਹਮੇਸ਼ਾ ਪੁਰਜ਼ੋਰ ਤਰੀਕੇ ਨਾਲ ਔਰ ਉਹ ਆਪ ਆਪਣਾ ਨਿਰਣਾ ਤੈਅ ਕਰਨ ਸਰਕਾਰ ਨੂੰ ਦੱਸਣ ਤੇ ਫਿਰ ਜਿਹੜਾ ਨਾਂ ਤੁਰੇ ਉਹਨੂੰ ਲਾ ਦੇਣਾ ਉਹਨਾਂ ਕੋਲ ਤਾਕਤ ਹੈ ਭਾਈ ਭਾਵਾਂ ਕੋਲਡ ਸਟੋਰੇਜ ਹੋਣ ਭਾਵਾਂੇ ਡਾਈਵਰਸੀਫਿਕੇਸ਼ਨ ਹੋਵੇ ਝੋਨੇ ਤੋਂ ਪਾਸੇ ਜਾਣਾ ਹੋਵੇ ਭਾਵਾਂੇ ਹੋਰ ਗੱਲਾਂ ਹੋਣ ਲੇਕਿਨ ਉਹ ਇੱਥੇ ਦਾ ਮਸਲਾ ਨਹੀਂ ਹੈ ਇੱਥੇ ਦਾ ਮਸਲਾ ਲੈਂਡ ਪੋਰਟ ਅਥਾਰਟੀ ਦਾ ਹੈ ਸਭ ਤੋਂ ਵੱਡਾ ਅਰਦਾਸ ਅੱਡ ਚੀਜ਼ ਹੈ ਕੁਝ ਮੰਗਾ ਨੇ ਉਹ ਅੱਡ ਚੀਜ਼ ਹੈ ਉਹ ਤੇ ਜਾਇਜ਼ ਮੰਗ ਹੈ ਨਾ ਕਿ 2 ਸਾਲ ਪਹਿਲਾਂ ਜਦੋਂ ਇੱਥੇ ਅਸੀਂ ਆਉਂਦੇ ਮੇਰੇ ਤਾਏ ਦੇ ਸਮੇਂ ਤੋਂ ਸਾਡੇ ਪੁਰਖਿਆਂ ਦੇ ਸਮੇਂ ਤੋਂ ਲੋਕ ਇੱਥੇ ਆ ਕੇ ਦੂਰਬੀਨ ਨਾਲ ਦਰਸ਼ਨ ਦਿਦਾਰੇ ਕਰਕੇ ਆਪਣਾ ਨਮਨ ਕਰਕੇ ਇੱਥੋਂ ਜਾਂਦੇ ਹੁੰਦੇ ਸੀ ਅੱਜ ਉਹ ਹੈ ਨਹੀਂ ਅੱਜ ਵੀ 5000 ਲੋਕ ਇੱਥੇ ਆਉਂਦੇ ਆ ਤੇ ਜੇ ਇਹ ਲਾਂਘਾ ਖੁੱਲਦਾ ਵੀ ਆ ਤੇ 75% ਕੋਲ ਪਾਸਪੋਰਟ ਨਹੀਂ ਹੈ ਤੁਸੀਂ ਇਹ ਜੀਆਂ ਸਟ੍ਰਿੰਜੈਂਟ ਕੰਡੀਸ਼ਨਸ ਲਾ ਦਿੱਤੀਆਂ ਸਮਝਦੇ ਹੋ ਤੇ ਜਦੋਂ ਇਹ ਚੱਲਿਆ ਤੇ ਇੱਕ ਦਿੱਕਤ ਨਹੀਂ ਆਈ 70000 ਲੋਕਾਂ ਨੇ ਦਰਸ਼ਨ ਕੀਤੇ ਸੋ ਉਹ ਜਲਦ ਤੋਂ ਜਲਦ ਬਣੇ ਜੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਸਾਨੂੰ ਕਹਿ ਦੇਣ ਭਾਈ ਤੇ ਪੰਜਾਬ ਸਰਕਾਰ ਬੜ ਭਾਗੀ ਸਮਝੂ ਆਪਣੇ ਆਪ ਨੂੰ ਵੀ ਇਥੇ ਸਰ ਜਿਹੜਾ ਕੱਲ ਐਡੀਸ਼ਨਲ ਬੋਰਡ ਦੇ ਚੇਅਰਮੈਨ ਹੈ ਉਹਦਾ ਮੋਬਾਈਲ ਨੇ ਅਸਤੀਫਾ ਦੇ ਦਿੱਤਾ ਤੇ ਨਹੀਂ ਇਹ ਗੱਲ ਆਜੂ ਪੁਲਿਟਿਕ ਇਹ ਗੱਲਾਂ ਇਹ ਗੱਲਾਂ ਇੱਥੇ ਨਹੀਂ ਮੈਂ ਜੋ ਗੱਲ ਕਹਿਣੀ ਸੀਗੀ ਉਹ ਬਾਬਾ ਜੀ ਦੇ ਚਰਨਾਂ ਦੇ ਵਿੱਚ ਨਹੀਂ 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 ਇਹ ਦੇਖੋ ਮੈਂ ਤੁਹਾਨੂੰ ਫਿਰ ਕਿਹਾ ਇਹ ਇਹ ਬਾਬੇ ਦਾ ਦਰ ਹੈ ਇਹਨੂੰ ਯਾਰ ਇਹ ਪਾਕੀ ਦਾ ਦਰ ਹੈ ਪਵਿੱਤਰ ਦਰ ਹੈ ਇੱਥੇ ਜਿਹੜੀ ਨਹੀਂ ਨਹੀਂ ਯਾਰ ਜਿਹੜੀ ਜਿਹੜੀ ਊਰਜਾ ਹੈ ਨਾ ਇੱਥੇ ਉਸ ਊਰਜਾ ਨੂੰ ਮੈੜਾ ਨਾ ਕਰੀ ਸ਼ਾਮ ਨੂੰ ਕਰਾਂਗੇ ਉਹਦੀ ਸ਼ਾਮ ਨੂੰ ਕਰਾਂ ਬਸਾਰਾ ਦਿਨ ਪਿਆ ਸਾਰਾ ਸਾਰਾ ਸਮਾਂ ਪਿਆ ਯਾਰ ਮੈਂ ਜੇ ਉਦੋਂ ਨਹੀਂ ਕੀਤੀ ਸਾਲ ਮੈਨੂੰ ਕਿੰਨਿਆਂ ਨੇ ਕੀ ਕੀ ਕਿਹਾ ਕੁਛ ਕਿਹਾ ਨਾ ਇਹ ਜ਼ਰੀਆਂ ਜ਼ਰੀਆ ਮਾਤਰਾ ਨਵੇਂ ਮਾਤਰਾ ਕੱਖ ਵੀ ਨਹੀਂ ਥੈਂਕ ਯੂ ਸਰ ਸਮਝ ਨਹੀਂ ਆ ਰਿਹਾ ਆਵਾਜ਼ਿਕਾਉ ਟੀਵੀ ਲਈ ਲੱਕੀ ਬਟਾਲ ਦੀ ਰਿਪੋਰਟ